ਇਹਨਾਂ ਦਾ ਕੇਸ ਹੈ ਬੀਏ ਵਿੱਚ ਇਕਨੋਮਿਕਸ ਪੋਲੀਟੀਕਲ ਸਾਇੰਸ ਤੇ ਫਿਜ਼ੀਕਲ ਐਜੂਕੇਸ਼ਨ ਐਮਏ ਪੋਲ ਸਾਇੰਸ ਹੈ ਦੂਸਰੇ ਵਿੱਚ ਜਾ ਕੇ ਲਿਖਦਾ ਹਾਂ ਇੱਥੇ ਕਿ ਕੀ ਕੇਸ ਹੈ ਇਹਨਾਂ ਦਾ ਇਕਨੋਮਿਕਸ ਨੰਬਰ 1 ਪੜ੍ਹੀ ਹੈ ਗ੍ਰੈਜੂਏਸ਼ਨ 'ਚ ਪੋਲ ਸਾਇੰਸ ਔਰ ਫਿਜ਼ੀਕਲ ਐਮਏ ਵਿੱਚ ਇਹਨਾਂ ਨੇ ਪੋਲ ਸਾਇੰਸ ਕੀਤੀ ਹੈ ਕਿਉਂਕਿ ਪੋਲ ਸਾਇੰਸ ਐਮਏ 'ਚ ਕੀਤੀ ਹੈ ਇਸ ਨੂੰ ਨਹੀਂ ਛੱਡਣਾ ਚਾਹੀਦਾ ਲੇਕਿਨ ਪਹਿਲਾਂ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਤੁਸੀਂ ਕੀਤੀ ਹੈ ਤੁਹਾਨੂੰ TGT ਲਈ ਐਲੀਜੀਬਲ ਬਣ ਜਾਣਾ ਚਾਹੀਦਾ ਹੈ ਇਸ ਲਈ ਤੁਸੀਂ SST ਕੰਬੀਨੇਸ਼ਨ ਲੈ ਕੇ ਗਵਰਨਮੈਂਟ ਜੌਬ ਲਈ ਐਲੀਜੀਬਲ ਬਣਦੇ ਹੋ ਜੇ SST ਕੰਬੀਨੇਸ਼ਨ ਲੈਂਦੇ ਹੋ BEd ਕਰਨ ਤੋਂ ਬਾਅਦ ਤੁਹਾਨੂੰ ਕਿਉਂਕਿ ਪੋਲੀਟੀਕਲ ਸਾਇੰਸ ਦੀ ਕੀਤੀ ਹੋਈ ਹੈ ਬਾਅਦ 'ਚ ਐਡੀਸ਼ਨਲ ਪੇਪਰ ਪੋਲ ਸਾਇੰਸ ਦਾ ਪੈਡਾਗੋਜੀ ਆਫ ਪੋਲ ਸਾਇੰਸ ਦਾ BEd ਦਾ ਐਡੀਸ਼ਨਲ ਇੱਥੇ ਲਿਖ ਰਿਹਾ ਹਾਂ ਇੱਥੇ ਐਰੋ ਦਿੱਤਾ ਹੈ ਇਹ ਤੁਹਾਨੂੰ ਦੇ ਦੇਣਾ ਚਾਹੀਦਾ ਹੈ ਇਹ ਕਰਕੇ ਤੁਸੀਂ PGT ਲਈ ਇਹ ਲਿਖਿਆ ਹੈ PGT ਲਈ ਇੱਥੇ ਐਲੀਜੀਬਲ ਬਣ ਜਾਓਗੇ ਪੋਲੀਟੀਕਲ ਸਾਇੰਸ ਲੈਕਚਰਾਰ ਲਈ ਤੁਹਾਡਾ ਬੈਸਟ ਕੰਬੀਨੇਸ਼ਨ ਕੀ ਬਣ ਰਿਹਾ ਹੈ ਪ੍ਰੋਸਪੈਕਟਸ 'ਚੋਂ ਦੱਸ ਰਿਹਾ ਹਾਂ SST ਅਤੇ ਫਿਜ਼ੀਕਲ ਐਜੂਕੇਸ਼ਨ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਚੁਣ ਲੈਣਾ ਚਾਹੀਦਾ ਹੈ ਫਿਜ਼ੀਕਲ ਐਜੂਕੇਸ਼ਨ ਆਲਰੇਡੀ 3 ਸਾਲ ਪੜ੍ਹੀ ਆ ਬਾਕੀ ਕ੍ਰਾਈਟੀਰੀਆ ਪੂਰੇ ਹੁੰਦੇ ਹਨ ਐਡੀਸ਼ਨਲ ਪੇਪਰ ਨਹੀਂ ਦੇਣਾ ਪਏਗਾ ਔਰ ਗਵਰਨਮੈਂਟ ਜੌਬ ਲਈ ਐਲੀਜੀਬਲ ਹੋ ਜਾਓਗੇ ਸੋ SST ਫਿਜ਼ੀਕਲ ਐਜੂਕੇਸ਼ਨ ਤੁਹਾਨੂੰ ਪਹਿਲਾਂ ਪੜ੍ਹਨਾ ਚਾਹੀਦਾ ਹੈ ਬਾਅਦ ਵਿੱਚ ਐਮਏ ਪੋਲੀਟੀਕਲ ਸਾਇੰਸ ਹੈ ਤਾਂ ਪੈਡਾਗੋਜੀ ਆਫ ਪੋਲੀਟੀਕਲ ਸਾਇੰਸ ਤੁਹਾਨੂੰ ਬਾਅਦ ਵਿੱਚ ਦੇ ਦੇਣਾ ਚਾਹੀਦਾ ਹੈ ਥੈਂਕ ਯੂ ਡਾਕਟਰ ਤੀਰਤ ਸਿੰਘ ਲਰਨ ਟੂ ਐਕਚੁਅਲਾਈਜ਼ ਹਾਂ ਇਹ ਕਾਲਜ ਪ੍ਰੈਫਰ ਕਰਿਓ ਜਿੱਥੇ ਇਹ ਮਿਲਦਾ ਹੈ ਇਹ ਗੱਲ ਯਾਦ ਰੱਖਣੀ ਹੁਣ ਇਹ ਸਬਜੈਕਟ ਕੰਬੀਨੇਸ਼ਨ ਨੂੰ ਪ੍ਰੈਫਰ ਕਰਨਾ ਨਾ ਕਿ ਕਾਲਜ ਦੂਰ ਅਤੇ ਨੇੜੇ ਕਿਉਂਕਿ ਇਸ ਨਾਲ ਕਰ ਲਓ ਬੈਟਰ ਹੈ ਕਿਸੇ ਤਰ੍ਹਾਂ ਦੀ ਗਾਈਡੈਂਸ ਇਸ ਤਰ੍ਹਾਂ ਚਾਹੀਦੇ ਹੋ ਕਿਹੜੇ ਕਾਲਜਾਂ ਵਿੱਚ ਇਹ ਹੈ ਨੰਬਰ ਦਿੱਤੇ ਗਏ ਨੇ ਤੁਸੀਂ ਉਹਨਾਂ ਵਿੱਚ ਦੇਖ ਕੇ ਕਾਲ ਕਰ ਸਕਦੇ ਹੋ ਥੈਂਕ ਯੂ